ਉੜੀਸਾ ਦੇ ਵਿੱਚ ਇੱਕ ਵੱਡੇ ਸਿੱਖ ਫੌਜੀ ਅਫਸਰ ਦੀ ਟੀ ਅਤੇ ਫੌਜੀ ਅਫਸਰ ਦੀ ਮੰਗੇਤਰ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਉਸ ਨੂੰ ਸੁਣ ਕੇ ਦਿਲ ਵੀ ਦਹਿਲ ਜਾਊਗਾ ਤੇ ਸਿਰ ਸ਼ਰਮ ਦੇ ਨਾਲ ਵੀ ਝੁੱਕ ਜਾਊਗਾ ਪੁਲਿਸ ਮਹਿਕਮੇ ਦੀ ਦਰਿੰਦਗੀ ਤੇ ਤੁਹਾਨੂੰ ਗੁੱਸਾ ਵੀ ਆਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਖਲ ਮੰਗਿਆ ਹੈ ਬਹੁਤ ਹੀ ਕਿਨੌਣੀ ਘਟਨਾ ਵਾਪਰਨ ਤੋਂ ਬਾਅਦ ਫੌਜੀ ਅਧਿਕਾਰੀ ਦੀ ਮੰਗੇਤਰ ਅਤੇ ਫੌਜੀ ਅਫਸਰ ਦੀ ਧੀ ਨੇ ਦੱਸਿਆ ਕਿ ਉਸ ਨੂੰ ਹੱਥ ਪੈਰ ਬੰਨ੍ਹ ਕੇ ਥਾਣੇ ਵਿੱਚ ਰੱਖਿਆ ਗਿਆ ਉਸ ਦੇ ਗੁਪਤ ਅੰਗਾਂ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਤਸ਼ੱਦਦ ਵੀ ਉੱਥੇ ਹੀ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਮਦਦ ਲਈ ਚੀਕ ਰਹੀ ਸੀ ਪਰ ਉਸ ਨਾਲ ਜ਼ੁਲਮ ਹੋਇਆ ਪੁਲਿਸ ਵਾਲਿਆਂ ਦੇ ਜ਼ੁਲਮ ਕਹਿੰਦੇ ਇੱਥੇ ਹੀ ਨਹੀਂ ਰੁਕੇ ਉਸ ਨਾਲ ਭੱਦੀਆਂ ਟਿੱਪਣੀਆਂ ਕਰਦੇ ਹੋਏ ਬਲਾਤਕਾਰ ਦੀ ਧਮਕੀ ਤੱਕ ਦਿੱਤੀ ਗਈ ਸਰੀਰਕ ਤਸ਼ੱਦਦ ਦੇ ਵਿੱਚ ਹੱਦ ਉਦੋਂ ਹੋ ਗਈ ਜਦੋਂ ਉਸਦੀ ਛਾਤੀ ਤੇ ਲਗਾਤਾਰ ਲੱਤਾਂ ਮਾਰੀਆਂ ਗਈਆਂ। ਹੱਥ ਪੈਰ ਬੰਨ ਕੇ ਇੱਕ ਕਮਰੇ ਦੇ ਵਿੱਚ ਸੁੱਟ ਦਿੱਤਾ ਗਿਆ ਉੱਥੇ ਜਨਸੀ ਹਿੰਸਾ ਕੀਤੀ ਗਈ। ਪੀੜਤ ਲੜਕੀ ਨੇ ਦੱਸਿਆ ਕਿ ਅਗਲੀ ਸਵੇਰ 6 ਵਜੇ ਦੇ ਕਰੀਬ ਜਦੋਂ ਥਾਣਾ ਇੰਚਾਰਜ ਥਾਣੇ ਪਹੁੰਚੇ ਤਾਂ ਮਨ ਵਿੱਚ ਥੋੜੀ ਜਿਹੀ ਆਸ ਜਾਗੀ ਕਿ ਇਨਸਾਫ ਹੋਊਗਾ ਪਰ ਥਾਣਾ ਇੰਚਾਰਜ ਨੇ ਉਸਦੀ ਗੱਲ ਸੁਣਨ ਦੀ ਬਜਾਏ ਉਸਦੇ ਮੂੰਹ ਤੇ ਲੱਤਾਂ ਮਾਰੀਆਂ ਅਸ਼ਲੀਲ ਹਰਕਤਾਂ ਕੀਤੀਆਂ ਚੀਕਾਂ ਮਾਰਦੀ ਰਹੀ ਪਰ ਕਿਸੇ ਨੇ ਨਹੀਂ ਸੁਣਿਆ। एम्स दी मेडिकल रिपोर्ट ਦੇ ਮੁਤਾਬਕ ਪੀੜਤ ਔਰਤ ਦੇ ਪੂਰੇ ਸਰੀਰ ਤੇ ਕੁੱਟਮਾਰ ਦੇ ਨਿਸ਼ਾਨ ਨੇ ਉਸਦਾ ਇੱਕ ਦੰਦ ਟੁੱਟ ਗਿਆ ਜਬਾੜਾ ਵੀ ਜ਼ਖਮੀ ਹੈ ਹੱਥ ਦੀ ਹੱਡੀ ਵੀ ਟੁੱਟੀ ਹੋਈ ਹੈ ਪੱਤਰਕਾਰਾਂ ਨੂੰ ਹੁਬਕੀ ਰੋਕੇ ਇਹ ਸਾਰੀ ਵਿਥਿਆ ਦੱਸਦੀ ਧੀ ਦਾ ਅਖੀਰ ਦੇ ਵਿੱਚ ਘੜ ਪਟ ਗਿਆ ਪੱਛਮੀ ਬੰਗਾਲ ਵਿੱਚ ਤਾਨਾਤ ਫੌਜੀ ਅਧਿਕਾਰੀ ਤੇ ਉਸਦੀ ਮੰਗੇਤਰ ਨੇ 15 ਸਤੰਬਰ ਨੂੰ ਭਰਤਪੁਰ ਪੁਲਿਸ ਸਟੇਸ਼ਨ ਵਿੱਚ ਰੋਡ ਰੇਜ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ 20 ਸਤੰਬਰ ਨੂੰ ਭੁਨੇਸ਼ਵਰ ਦੇ ਇੱਕ ਥਾਣੇ ਦੇ ਵਿੱਚ ਫੌਜੀ ਅਧਿਕਾਰੀ ਤੇ ਉਸਦੀ ਮੰਗੇਤਰ ਖਿਲਾਫ ਹੀ ਮਾਮਲਾ ਦਰਜ ਕੀਤਾ ਗਿਆ ਕਥਿਤ ਤੌਰ ਤੇ ਕੁੱਟਮਾਰ ਤੇ ਜ਼ਿਆਦਤੀ ਕਰਨ ਦਾ ਇਸ ਮਾਮਲੇ ਦੇ ਵਿੱਚ ਹੁਣ ਫੌਜ ਨੇ ਵੀ ਦਖਲ ਦਿੱਤਾ ਹੈ ਘਟਨਾ ਤੋਂ ਬਾਅਦ ਫੌਜ ਦੀ ਕੇਂਦਰੀ ਕਮਾਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਫੌਜ ਇਸ ਘਟਨਾ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ ਉਚਿਤ ਕਾਰਵਾਈ ਸੂਬੇ ਦੇ ਅਧਿਕਾਰੀਆਂ ਦੇ ਵਿੱਚ ਦੇ ਸੰਪਰਕ ਵਿੱਚ ਹੈ ਇਸ ਘਟਨਾ ਨੂੰ ਲੈ ਕੇ ਸੇਵਾਮੁਕਤ ਅਧਿਕਾਰੀਆਂ ਨੇ ਕਮਿਸ਼ਨਰ ਦਫ਼ਤਰ ਮੂਹਰੇ ਪ੍ਰਦਰਸ਼ਨ ਕਰਦਿਆਂ ਦੋਸ਼ੀ ਪੁਲਿਸੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆਖਿਰਕਾਰ ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ ਪੰਜ ਪੁਲਿਸ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਨਵੀਂ ਕਹਾਣੀ ਦੱਸ ਦਿੱਤੀ ਹੈ ਪਰ ਇਹ ਸਭ ਦੇ ਦਰਮਿਆਨ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਬੁੱਧਵਾਰ ਨੂੰ ਉੜੀਸਾ ਪੁਲਿਸ ਨੇ ਭੁਵਨੇਸ਼ਵਰ ਦੇ ਭਰਤਪੁਰ ਪੁਲਿਸ ਸਟੇਸ਼ਨ ਦੇ ਪੰਜ ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ 17 ਸਤੰਬਰ ਨੂੰ ਭੁਵਨੇਸ਼ਵਰ ਦੇ ਡਿਪਟੀ ਪੁਲਿਸ ਕਮਿਸ਼ਨਰ ਪ੍ਰਤੀਕ ਸਿੰਘ ਨੇ ਦਾਅਵਾ ਕੀਤਾ ਕਿ ਜਦੋਂ ਅਧਿਕਾਰੀ ਤੇ ਉਸਦੀ ਮੰਗੇਤਰ ਐਤਵਾਰ ਤੜਕੇ ਭਰਤਪੁਰ ਥਾਣੇ ਵਿੱਚ ਆਏ ਤਾਂ ਦੋਵੇਂ ਨਸ਼ੇ ਵਿੱਚ ਸਨ ਤੇ ਦੋਵਾਂ ਨੇ ਥਾਣੇ ਵਿੱਚ ਹੰਗਾਮਾ ਕੀਤਾ ਇੱਥੇ ਮੌਜੂਦ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਪੁਲਿਸ ਨੇਵੀ ਦਾਅਵਾ ਕੀਤਾ ਕਿ ਉਸਦੀ ਕਾਰ ਦੇ ਵਿੱਚੋਂ ਦੋ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਨੇ ਦੋਵਾਂ ਨੇ ਦੋਨੋਂ ਦੋਵਾਂ ਨੇ ਕਹਿੰਦੇ ਸ਼ਰਾਬ ਲਈ ਕਰਵਾਏ ਗੇ ਬ੍ਰੈਥ ਐਨਾਲਾਈਜ਼ਰ ਟੈਸਟ ਤੋਂ ਵੀ ਇਨਕਾਰ ਕੀਤਾ ਸੀ ਉਧਰ ਓਡੀਸ਼ਾ ਦੀ ਉਪ ਮੁੱਖ ਮੰਤਰੀ ਪਾਰਵਤੀ ਪਰੀਦਾ ਨੇ ਕਿਹਾ ਕਿ ਮਲਜ਼ਮਾਂ ਖਿਲਾਫ ਜ਼ੀਰੋ ਟੋਲਰੈਂਸ ਹੈ ਪੀੜਤ ਪਰਿਵਾਰ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਦੱਸਿਆ ਕਿ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਕ੍ਰਾਈਮ ਬ੍ਰਾਂਚ ਨੂੰ ਵੀ ਛੇਤੀ ਜਾਂਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸਿਆਸੀ ਤੌਰ ਤੇ ਵੀ ਮਾਮਲਾ ਭੱਗ ਗਿਆ ਹੈ ਸੂਬੇ ਦੇ ਵਿੱਚ ਵਿਰੋਧੀ ਧਿਰ ਤੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਘਟਨਾ ਦੀ ਨਿਆਂਕ ਜਾਂਚ ਦੀ ਮੰਗ ਕੀਤੀ ਮੁੱਖ ਮੰਤਰੀ ਮੋਹਨ ਚਰਨ ਮਾਜੀ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਕਾਂਗਰਸ ਲੀਡਰ ਪ੍ਰਿਆੰਕਾ ਗਾਂਧੀ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੂਰਾ ਦੇਸ਼ ਸਦਮੇ ਦੇ ਵਿੱਚ ਹੈ ਪੁਲਿਸ ਤੋਂ ਮਦਦ ਲੈਣ ਗਈ ਫੌਜੀ ਅਧਿਕਾਰੀ ਦੇ ਮੰਗੇਤਰ ਨਾਲ ਪੁਲਿਸ ਨੇ ਬੇਰਹਿਮੀ ਕੀਤੀ ਜਿੰਨਸੀ ਹਿੰਸਾ ਕੀਤੀ ਉਸ ਤੋਂ ਪੂਰਾ ਮੁਲਕ ਕਹਿੰਦੇ ਹੈਰਾਨ ਹੈ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਗੱਲ ਤਾਂ ਹੈ ਹੀ ਕਿ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਉਸਤੇ ਦਬਾਅ ਪਾਇਆ ਕਿਉਂਕਿ ਰਿਪੋਰਟਾਂ ਮੁਤਾਬਕ ਮੁਲਜ਼ਮ ਭਾਜਪਾ ਨਾਲ ਜੁੜੇ ਹੋਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ 'ਚ ਔਰਤਾਂ ਨਾਲ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਸਰਕਾਰਾਂ ਗੰਭੀਰਤਾ ਨਾਲ ਧਿਆਨ ਹੀ ਨਹੀਂ ਦੇ ਰਹੀਆਂ ਪੁਲਿਸ ਪ੍ਰਸ਼ਾਸਨ ਦਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੁੰਦੀ ਹੈ ਪਰ ਜਦੋਂ ਪੁਲਿਸ ਅਫਸਰ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਫਰਿਆਦ ਲੈ ਕੇ ਪਹੁੰਚੇ ਲੋਕਾਂ ਨੂੰ ਹੀ ਜ਼ਲੀਲ ਕਰਨ ਤਾਂ ਇਨਸਾਫ ਕਿੱਥੋਂ ਮਿਲੇਗਾ ਫੌਜੀ ਦੇਸ਼ ਦੀ ਰੱਖਿਆ ਲਈ ਬਾਰਡਰਾਂ ਤੇ ਡਿਊਟੀਆਂ ਨਿਭਾਉਂਦੇ ਨੇ ਤੇ ਉਹਨਾਂ ਦੇ ਪਰਿਵਾਰ ਨਾਲ ਅਜਿਹੀ ਘਟਨਾ ਵਾਪਰਨੀ ਸਰਕਾਰ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੈ ਐਡਵੋਕੇਟ ਧਾਮੀ ਨੇ ਉੜੀਸਾ ਸਰਕਾਰ ਨੂੰ ਸਬੰਧਿਤ ਪੁਲਿਸ ਮੁਲਾਜ਼ਮਾਂ ਖਿਲਾਫ ਤੁਰੰਤ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਭਾਰਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਨੂਈ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕਰਦੇ ਹਾਂ ਜਿਵੇਂ ਮੰਦਭਾ ਪਰ ਦੇਖ ਲਈਏ ਤਾਂ ਗ੍ਰਹਿ ਮੰਤਰੀ ਇਸ ਵਕਤ ਜੰਮੂ ਕਸ਼ਮੀਰ ਦੇ ਵਿੱਚ ਚੋਣ ਪ੍ਰਚਾਰ 'ਚ ਰੁੱਝੇ ਹੋਏ ਹਨ ਖਬਰ ਪੜੇ ਜਾਣ ਤੱਕ ਉਨ੍ਹਾਂ ਦੀ ਇਸ ਘਟਨਾ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਹੁਣ ਪੰਜਾਬ ਸੂਬਾ ਚੋਣ ਕਮਿਸ਼ਨ ਨੇ ಗ್ರಾಮ ਪੰਚਾਇਤਾਂ ਜ਼ਿਲ੍ਹਾ ਪ੍ਰੇਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੇ ਲਈ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਸਰਪੰਚਾਂ ਦੀ ਚੋਣ ਲਈ 38 ਤੇ ਪੰਚਾਂ ਦੀ ਚੋਣ ਲਈ 70 ਚੋਣ ਨਿਸ਼ਾਨ ਜਾਰੀ ਕੀਤੇ ਗਏ ਨੇ ਚੋਣ ਲੜਨ ਵਾਲਾ ਉਮੀਦਵਾਰ ਕੋਈ ਵੀ ਚੋਣ ਨਿਸ਼ਾਨ ਚੁਣ ਸਕਦਾ ਹੈ ਸਰਪੰਚੀ ਦੀ ਚੋਣ ਲੜਨ ਵਾਲੇ ਉਮੀਦਵਾਰ ਬਾਲਟੀ ਚੂੜੀਆਂ ਚੜੀ ਬੱਲਾ ਸੀਸੀਟੀਵੀ ਕੈਮਰਾ ਚੱਕੀ ਕੰਗਾ ਕੈਮਰਾ ਵੇਲਣਾ ਫੋਹਾਰਾ ਤੋਹਫਾ ਅੰਗੂਰ ਹੈੱਡਫੋਨ ਖੁਰਪਾ ਲੈਪਟਾਪ ਲੈਟਰ ਬਾਕਸ ਲਾਈਟਰ ਲੰਚ ਬਾਕਸ ਮਾਈਕ ਮਿਕਸੀ ਨੌ ਕਟਰ ਹਾਰ ਗਲੇ ਦੀ ਟਾਈ ਪੈਨ ਡਰਾਈਵ ਘੜਾ ਪੈਨ ਸਟੈਂਡ ਪੰਜਾਬੀ ਜੁੱਤੀ ਪੈਟਰੋਲ ਪੰਪ ਫ੍ਰਿਜ ਰੋਡ ਰੋਲਰ ਕਹੀ ਸ਼ਟਰ ਟਰੈਕਟਰ ਟਰੋਫੀ ਟੈਲੀਫੋਨ ਟੈਲੀਵਿਜ਼ਨ ਟੇਬਲ ਫੈਨ ਰੁੱਖ ਅਤੇ ਤਾਕੀ ਦੀ ਵਰਤੋਂ ਕਰ ਸਕਦੇ ਨੇ ਪੰਚਾਂ ਦੀ ਚੋਣ ਲੜਨ ਵਾਲੇ ਸੇਬ ਬੱਲੇਬਾਜ਼ 벨ਟ ਕਿਸ਼ਤੀ ਚਟਾਈ ਕੈਰਮ ਬੋਰਡ ਕੰਪਿਊਟਰ ਮਾਊਸ ਕਾਰ ਕੇਕ ਡੀਜ਼ਲ ਪੰਪ ਡੰਬਲਸ ਡ੍ਰਿਲ ਮਸ਼ੀਨ ਮਿੱਟੀ ਦਾ ਦੀਵਾ ਬਿਜਲੀ ਦਾ ਖੰਭਾ ਕੰਨਾਂ ਦੀਆਂ ਵਾਲੀਆਂ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਗਲਾਸ ਹੈਲਮਟ ਹੈਡਕਾਰਡ ਹਾਰਮੋਨੀਅਮ ਹਾਕੀ ਤੇ ਬਾਲ ਸਣੇ 70 ਚੋਂ ਨਿਸ਼ਾਨਾ ਦੇ ਵਿੱਚੋਂ ਕੋਈ ਵੀ ਨਿਸ਼ਾਨ ਚੁਣ ਸਕਦੇ ਨੇ ਪੰਜਾਬ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਕਿਹਾ ਕਿ ਇਹਨਾਂ ਚੋਣ ਨਿਸ਼ਾਨਾ ਸੰਬੰਧੀ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੂਚਿਤ ਕਰ ਦਿੱਤਾ ਹੈ ਜਿਹੜੇ ਕਿ ਚੋਣ ਅਫਸਰ ਥਾਪੇ ਗਏ ਨੇ ਸੂਬਾ ਸਰਕਾਰ ਦੇ ਵੱਲੋਂ ਜਾਰੀ ਨਵੇਂ ਆਦੇਸ਼ਾਂ ਦੇ ਮੁਤਾਬਿਕ ਇਸ ਵਾਰੀ ਸਰਪੰਚਾਂ ਤੇ ਪੰਚਾਂ ਦੀਆਂ ਚੋਣਾਂ ਕੋਈ ਵੀ ਉਮੀਦਵਾਰ ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕੂਗਾ ਸਰਪੰਚ ਤੇ ਪੰਚ ਦੀ ਚੋਣ ਲੜਨ ਵਾਲਿਆਂ ਨੂੰ ਇਨ੍ਹਾਂ ਚੋਣ ਨਿਸ਼ਾਨਾਂ ਦੇ ਵਿੱਚੋਂ ਹੀ ਨਿਸ਼ਾਨ ਲੈਣਾ ਪਊਗਾ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰਾਂ ਨੇ ਦੱਸਿਆ ਹੈ ਕਿ ਅੱਜ ਹਰਿਆਣਾ ਦੇ ਪਿਪਲੀ ਤੇ ਵਿੱਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ ਹੋਵੇਗੀ ਕਿਸਾਨ ਲੀਡਰ ਅਭਿਮਨਿਉ ਕੋਹੜ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਨੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦਿੱਲੀ ਦੀਆਂ ਬਰੂਹਾਂ ਤੇ 13 ਮਹੀਨੇ ਚੱਲੇ ਕਿਸਾਨ ਅੰਦੋਲਨ ਇੱਕ ਦੌਰਾਨ ਲਿਖਤੀ ਤੌਰ ਤੇ ਮੰਨੀਆਂ ਮੰਗਾਂ ਨੂੰ ਕਿਸਾਨ ਲੀਡਰਾਂ ਮੁਤਾਬਕ ਹਾਲੇ ਤੱਕ ਪੂਰਾ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਾ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੀ ਹੈ ਨਾ ਹੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਇਆ ਹੈ ਕਿਸਾਨ ਲੀਡਰ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਸਵੇਰ ਤੋਂ ਹੀ ਕਿਸਾਨਾਂ ਦੇ ਕਾਫਲੇ ਟਰੈਕਟਰਾਂ ਤੇ ਸਵਾਰ ਹੋ ਕੇ ਪਿੰਪਲੀ ਲਈ ਰਵਾਨਾ ਹੋ ਚੁੱਕੇ ਨੇ ਉਹਨਾਂ ਇਹ ਵੀ ਦੱਸਿਆ ਕਿ ਅੱਜ ਮਹਾਪੰਚਾਇਤ ਦੌਰਾਨ ਹੀ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਮੋਰਚੇ ਪਰ ਖੜਾ ਹਾਂ ਔਰ ਜੋ ਦੋਨੋਂ ਫੋਰਮੋਖੀ ਔਰ ਸੇ 13 ਫਰਵਰੀ ਸੇ ਜੋ ਅੰਦੋਲਨ ਚੱਲ ਰਹਾ ਹੈ आज वो दो दिन में पहुंच गया है और ना तो किसानों के हौसले कम पड़े हैं ना किसानों का जोश खत्म हुआ है आज हरियाणा में दूसरी बड़ी महापंचायत है जो पिपली में होने जा रही है हम सभी किसानों मजदूरों मताओं बहनों नौजवानों को अपील करेंगे आज पिपली की महारैली में अधिक से अधिक पहुंचे और जिस तरह से हम देख रहे हैं मोदी सरकार किसानों मजदूरों की समस्याओं का हल करने में नाकाम जाब रही है अभी हमारे प्रधानमंत्री जी अमेरिका के दौरे पर गए हुए हैं और देखिए जो ग्लोबलाइजेशन की नीतियां हैं जैसे विश्व व्यापार संस्था है पूरे खेती सेक्टर को निकल जाना चाहती है कार्पोरेट पूरा खेती सेक्टर पर कब्जा लेना चाहते हैं और इसी की लड़ाई देश का किसान मजदूर लड़ रहा है कि तो हमें एमएसपी लीगल ग्रंटी कानून बना के दिया जाए और किसान मजदूर की कर्ज माफी हो और अन्य मांगे हमारी मांगी जाए इसके बाद बड़ा नेशनल लेवल का प्रोग्राम हमारा तीन अक्टूबर को भारत लेवल पर हम लोग तीन दो घंटे के लिए रेल रोको आंदोलन करेंगे और सरकार को चेतावनी दे रहे हैं समय रहते आप लोग इन समस्याओं का हल कीजिए नहीं तो आने वाले समय में आपको संघर्ष और तेज होता दिखेगा और सरकार ये अगर समझ रही है भी हमारी समस्याओं का हल कोई कमेटी कर लेगी तो ऐसा कभी नहीं होगा धन्यवाद ਜਲੰਧਰ ਸ਼ਹਿਰ ਦੇ ਵਿੱਚ ਕੱਲ ਬਰਫ਼ ਦੇ ਕਾਰਖਾਨੇ ਦੇ ਵਿੱਚ ਜਿਹੜੀ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ ਉਸ ਦੇ ਵਿੱਚ ਇੱਕ ਮਜ਼ਦੂਰ ਦੀ ਜਾਨ ਚਲੀ ਗਈ ਹੈ। ਸ਼ਹਿਰ ਦੇ ਅੰਦਰੂਨੀ ਇਲਾਕੇ ਪੁਰਾਣੀ ਰੇਲਵੇ ਰੋਡ ਤੇ ਸੰਤ ਸਿਨੇਮਾ ਦੇ ਨੇੜੇ ਇੱਕ ਪੁਰਾਣੀ ਇਮਾਰਤ ਵਿੱਚ ਚੱਲ ਰਹੀ ਜੈਨ ਆਈਸ ਮਿਲ ਨਾਂ ਦੇ ਬਰਫ਼ ਦੇ ਕਾਰਖਾਨੇ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਜਿਸ ਨਾਲ ਫੈਕਟਰੀ 'ਚ ਕੰਮ ਕਰਦੇ ਫੋਰਮੈਨ ਦੀ जान ਚਲੀ ਗਈ ਜਿਸ ਦੀ ਪਛਾਣ ਸ਼ੀਤਲ ਸਿੰਘ ਵਜੋਂ ਹੋਈ ਹੈ ਦੁਪਹਿਰੇ ਕਰੀਬ 1 ਵਜੇ ਫੈਕਟਰੀ ਚ ਗੈਸ ਲੀਕ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਸਹਾਂਣ ਚ ਤਕਲੀਫ ਹੋਣ ਲੱਗੀ ਰਾਹ ਜਾਂਦੇ ਲੋਕ ਅਚਾਨਕ ਡਿੱਗਣ ਲੱਗੇ ਨੇੜੇ ਦੇ ਦੁਕਾਨਦਾਰਾਂ ਨੇ ਰੌਲਾ ਪਾਇਆ ਇਸ ਦੀ ਸੂਚਨਾ ਫਾਇਰ ਬਰਗੇਡ ਨੂੰ ਕੀਤੀ ਗਈ ਜਦੋਂ ਤੱਕ ਫਾਇਰ ਬਰਗੇਡ ਦੀ ਟੀਮ ਪਹੁੰਚੀ ਹਾਲਾਤ ਕਾਫੀ ਗੰਭੀਰ ਹੋ ਚੁੱਕੇ ਸਨ ਗੈਸ ਲੀਕ ਹੋਣ ਦੇ ਸਹੀ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਸ਼ੱਕ ਹੈ ਕਿ ਇੱਕ ਫੈਕਟਰੀ ਦੇ ਵਿੱਚ ਪਾਈਪ ਫਟਣ ਕਰਕੇ ਅਜਿਹਾ ਹੋਇਆ ਡੀਸੀ ਨੇ ਐਸ.ਡੀ.ਐਮ ਜੈਨਦਰ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਗੈਸ ਐਨਿਕ ਤੇਜ਼ੀ ਦੇ ਨਾਲ ਫੈਲੀ ਕਿ ਆਸ-ਪਾਸ ਦੇ ਇਲਾਕੇ ਵਿੱਚ ਹਫੜਾ ਦਫੜੀ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੁਕਾਨਦਾਰਾਂ ਨੇ ਤੁਰੰਤ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਤੇ ਘਰਾਂ ਨੂੰ ਚਲੇ ਗਏ। ਇਸ ਦੌਰਾਨ 4 ਮਜ਼ਦੂਰ ਫੈਕਟਰੀ ਦੇ ਅੰਦਰ ਫਸ ਗਏ ਤੇ ਸ਼ੀਤਲ ਸਿੰਘ ਦੀ ਦਮ ਘੁੱਟਣ ਕਰਕੇ ਜਾਨ ਚਲੀ ਗਈ। ਬਾਕੀ ਦੇ 3 ਮਜ਼ਦੂਰਾਂ ਨੂੰ ਸਮੇਂ ਸਿਰ ਬਚਾ ਲਿਆ ਗਿਆ ਤੇ ਉਹਨਾਂ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਸਾਜ਼ੋ ਸਮਾਨ ਦੇ ਨਾਲ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀ ਵਿਸ਼ੇਸ਼ 마ਸਕ ਅਤੇ ਆਕਸੀਜਨ ਗੈਸ ਸਿਲੰਡਰ ਲਾ ਕੇ ਫੈਕਟਰੀ ਦੇ ਅੰਦਰ ਦਾਖਲ ਹੋਏ। ਉਹਨਾਂ ਨੇ ਤੁਰੰਤ ਕਰਮਚਾਰੀਆਂ ਨੂੰ ਬਾਹਰ ਕੱਢਿਆ ਪਰ ਇਸ ਦੌਰਾਨ ਫੈਕਟਰੀ ਦਾ ਫੋਰਮੈਨ ਗੈਸ ਲੀਕੇਜ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਆਖਿਰਕਾਰ ਬੇਹੋਸ਼ ਹੋ ਕੇ ਡਿੱਗ ਪਿਆ ਜਿਸ ਨੂੰ ਫਾਇਰ ਬ੍ਰਿਗੇਡ ਕਰਮੀ ਚੁੱਕ ਕੇ ਬਾਹਰ ਲੈ ਗਏ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਦੂਜਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਸ਼ੀਤਲ ਸਿੰਘ ਨਹੀਂ ਬਚ ਸਕਿਆ ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਬਰਫ਼ ਦਾ ਕਾਰਖਾਨਾ ਪੁਰਾਣੀ ਇਮਾਰਤ ਵਿੱਚ ਚੱਲ ਰਿਹਾ ਹੈ ਮਸ਼ੀਨਰੀ ਵੀ ਅੰਦਰ ਖਸਤਾ ਹਾਲ ਹੈ ਅਧਿਕਾਰੀਆਂ ਨੇ ਕਾਰਖਾਨੇ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਤਾਂ ਮਾਲਕ ਮੌਕੇ ਤੇ ਪਹੁੰਚਿਆ ਨਾ ਹੀ ਅਧਿਕਾਰੀਆਂ ਦਾ ਉਸ ਨਾਲ ਸੰਪਰਕ ਹੋਇਆ। ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨੂੰ ਹਾਦਸੇ ਦੇ ਜ਼ਿੰਮੇਵਾਰ ਵਿਅਕਤੀਆਂ ਤੇ ਵਿਭਾਗਾਂ ਖਿਲਾਫ ਕਾਰਵਾਈ ਦਾ ਪ੍ਰੋਸਸਾ ਦਵਾਇਆ ਹੈ। ਰਾਦ ਵਿੱਚ ਜਾਂਦੇ ਲੋਕ ਜਿਹੜੇ ਗੈਸ ਦੇ ਬੜੇ ਤੇਜ਼ ਪ੍ਰਭਾਵ ਕਾਰਨ ਡਿੱਗੇ ਸਨ ਉਹਨਾਂ ਨੂੰ ਹੌਲੀ-ਹੌਲੀ ਹੋਸ਼ ਆ ਗਿਆ ਸੀ। ਤੇ ਐਮਰਜੈਂਸੀ ਟੀਮਾਂ ਨੇ 2 ਘੰਟਿਆਂ ਦੇ ਵਿੱਚ ਸਾਰੀ ਸਥਿਤੀ ਤੇ ਕਾਬੂ ਪਾ ਲਿਆ ਜਿਸ ਤੋਂ ਬਾਅਦ ਮਾਹੌਲ ਆਮ ਵਾਂਗ ਹੋ ਗਿਆ। ਹਾਲਾਂਕਿ ਇਲਾਕਾ ਹਲੇ ਵੀ ਸੀਲ ਕੀਤਾ ਹੋਇਆ ਹੈ ਲੋਕਾਂ ਨੂੰ ਇਥੋਂ ਲੰਘਣ ਦੀ ਇਜਾਜ਼ਤ ਨਹੀਂ ਹੈ ਇਸ ਸਾਰੀ ਘਟਨਾ ਦਮੋਰੀਆ ਫਲਾਈਓਵਰ ਦੇ ਨੇੜੇ ਵਾਪਰੀ ਤਰਨਤਾਰਨ ਤੋਂ ਖਬਰ ਮਿਲੀ ਹੈ ਜਿੱਥੇ ਪਿੰਡ ਲੋਹਕਾ ਦੇ ਪਰਿਵਾਰ ਦੇ ਪੰਜ ਜੀਆ ਨੇ ਨੌਜਵਾਨ ਨੂੰ ਇੰਨਾ ਕੁ ਕੁੱਟਿਆ ਕਿ ਇਲਾਜ ਦੌਰਾਨ ਉਹਦੀਆਂ ਦੋਵੇਂ ਲੱਤਾਂ ਵੱਢਣੀਆਂ ਪਈਆਂ ਤਸ਼ੱਦਦ ਦਾ ਸ਼ਿਕਾਰ 33 ਸਾਲ ਦਾ ਰਣਜੀਤ ਸਿੰਘ ਅੱਜ ਸਿਰਫ ਬਿਸਤਰੇ ਜੋਗਾ ਰਹਿ ਗਿਆ ਇਹ ਘਟਨਾ 28 ਅਗਸਤ ਨੂੰ ਵਾਪਰੀ ਸੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ ਪੱਟੀ ਸਿਟੀ ਥਾਣੇ ਦੇ ਵਿੱਚ ਮਲਜ਼ਮਾਂ ਦੇ ਵਿੱਚ ਉਸੇ ਪਿੰਡ ਦੇ ਮਲਕੀਤ ਸਿੰਘ ਲਾਢੀ ਉਸ ਦਾ ਪ੍ਰਾਕਲਦੀਪ ਸਿੰਘ ਤੇ ਜਗਦੀਪ ਸਿੰਘ ਗੁੱਖੀ ਤੋਂ ਇਲਾਵਾ ਮਲਕੀਤ ਸਿੰਘ ਦੇ ਦੋ ਲੜਕਿਆਂ ਜੋਬਨਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਗੱਲ ਇਨਿਕ ਸੀ ਕਿ ਪੀੜਤ ਰਣਜੀਤ ਸਿੰਘ ਨੇ ਪਿੰਡ ਦੇ ਧਾਰਮਿਕ ਸਥਾਨ ਬਾਬਾ ਮੱਖਣੀ ਰਾਮ ਦੀ ਥਾਂ ਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਪੌਦੇ ਲਾਏ ਹੋਏ ਸੀ ਜਿਸ ਨੂੰ ਇਨ੍ਹਾਂ ਮੁਲਜ਼ਮਾਂ ਦੇ ਪਸ਼ੂ ਖਾ ਗਏ ਤੇ ਉਹ ਆਪਣੇ ਚਾਚੇ ਬਲਵੰਤ ਸਿੰਘ ਨਾਲ ਇਨ੍ਹਾਂ ਸਾਰਿਆਂ ਦੇ ਘਰੇ ਜਾ ਕੇ ਲਾਂਬਾ ਦੇਣ ਗਿਆ ਗੁੱਸੇ ਵਿੱਚ ਆਏ ਮੁਲਜ਼ਮਾਂ ਨੇ ਰਣਜੀਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇੰਨਾ ਕੁ ਕੁੱਟਿਆ ਕਿ ਤਸ਼ੱਦਦ ਕਰਕੇ ਸ਼ਾਮ ਨੂੰ ਅਧਮੋਇਆ ਕਰਕੇ ਪੱਟੀ ਸ਼ਹਿਰ ਦੀ ਲਾਹੌਰ ਰੋਡ ਦੇ ਰੇਲਵੇ ਫਾਟਕ ਤੇ ਸੁੱਟ ਗਏ ਜਦੋਂ ਆਸ-ਪਾਸ ਦੇ ਲੋਕ ਹਸਪਤਾਲ ਲੈ ਕੇ ਗਏ ਇਲਾਜ ਚੱਲਦਾ ਰਿਹਾ ਆਖਿਰਕਾਰ ਡਾਕਟਰਾਂ ਨੂੰ ਲੱਤਾਂ ਵੱਢਣੀਆਂ ਪਈਆਂ ਪੀੜਤ ਪਤਨੀ ਨੇ ਦੱਸਿਆ ਹੈ ਕਿ ਉਸ ਦਾ ਪਤੀ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਟਰੱਕ ਚਲਾਉਂਦਾ ਹੈ ਕਿਉਂਕਿ ਬੇਜ਼ਮੀਨੇ ਹਨ ਕੋਈ ਜ਼ਮੀਨ ਨਹੀਂ ਹੈ ਫਿਲਹਾਲ ਇਹ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਏਐਸਆਈ ਪਰਮਜੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪਰਿਵਾਰ ਨੂੰ ਰਣਜੀਤ ਸਿੰਘ ਜ਼ਖਮੀ ਹਾਲਤ ਵਿੱਚ ਰੇਲ ਦੀ ਪਟੜੀ ਤੋਂ ਮਿਲਿਆ ਸੀ ਤੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੇਸ ਦਰਜ ਕੀਤਾ ਗਿਆ ਹੈ ਪਤਾ ਲੱਗਿਆ ਕਿ ਘੰਟਿਆਂ ਤੱਕ ਇਹ ਰਣਜੀਤ ਸਿੰਘ ਨੂੰ ਕੁੱਟਦੇ ਰਹੇ ਮੁਕੇਰੀਆਂ ਤੋਂ ਆਈ ਖਬਰ ਸੁਣ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਗੈਰ ਕਾਨੂੰਨੀ ਮਾਈਨਿੰਗ ਕਾਰਨ ਪੱਟੇ ਖੱਡਿਆ ਕਰਕੇ ਪਿੰਡ ਮੰਗੂ ਮਹਿਰਾ ਬਸੰਤਪੁਰ ਦੇ ਮਰਤਕਾਂ ਨੂੰ ਸੰਸਕਾਰ ਮੌਕੇ ਸ਼ਮਸ਼ਾਨ ਘਾਟ ਵੀ ਨਸੀਬ ਨਹੀਂ ਹੋ ਰਿਹਾ ਇਲਾਕੇ 'ਚ ਲੱਗੇ ਕ੍ਰਸ਼ਰਾਂ ਦੇ ਵੱਲੋਂ ਪਿਛਲੇ ਕਰੀਬ 13-14 ਸਾਲਾਂ ਤੋਂ ਪੰਚਾਇਤੀ ਤੇ ਮਾਲਕੀ ਵਾਲੀਆਂ ਜ਼ਮੀਨਾਂ ਤੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਪਿੰਡ ਦੇ ਸਿਵਿਆਂ ਨੂੰ ਜਾਂਦੇ ਦੋਵੇਂ ਰਾਹ ਖੱਡਿਆਂ ਦੇ ਵਿੱਚ ਬਦਲ ਗਏ ਨੇ ਹਾਲੀ ਵਿੱਚ ਫੌਤ ਹੋਈ ਬਜ਼ੁਰਗ ਮਾਤਾ ਬਿਸ਼ਨੀ ਦੇਵੀ ਦਾ ਸੰਸਕਾਰ ਸ਼ਮਸ਼ਾਨ ਘਾਟ ਤੱਕ ਪਹੁੰਚਣਾ ਹੋਣ ਕਰਕੇ ਰਾਹ ਦੇ ਵਿੱਚ ਹੀ ਕਰਨਾ ਪਿਆ ਪਿੰਡ ਦੇ ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਲੱਖਾਂ ਰੁਪਏ ਖਰਚ ਕੇ ਪਿੰਡ ਮੰਗੂ ਮਹਿਰਾ ਬਸੰਤਪੁਰ ਦੇ ਮ੍ਰਿਤਕਾਂ ਦੇ ਸੰਸਕਾਰ ਲਈ ਸ਼ਮਸ਼ਾਨ ਘਾਟ ਬਣਾਇਆ ਗਿਆ ਸੀ ਪਿਛਲੇ ਕਰੀਬ 13-14 ਸਾਲਾਂ ਤੋਂ ਇਲਾਕੇ 'ਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਰਕੇ ਤੇ ਮ੍ਰਿਤਕਾਂ ਦੀ ਪਹੁੰਚ ਤੋਂ ਇਹ ਸ਼ਮਸ਼ਾਨ ਘਾਟ ਦੂਰ ਹੀ ਹੋ ਗਿਆ ਹਰ ਪੱਧਰ ਤੇ ਕਹਿੰਦੇ ਅਸੀਂ ਆਪਣੀ ਆਵਾਜ਼ ਚੁੱਕੀ ਆ ਪਰ ਮਸਲਾ ਹੱਲ ਨਹੀਂ ਹੋ ਰਿਹਾ ਹੁਣ ਬੀਡੀਪੀਓ ਹੀਰਾ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਹਾਲ ਹੀ ਵਿੱਚ ਜੁਆਇਨ ਕੀਤਾ ਹੈ ਮਸਲੇ ਦੀ ਪੂਰੀ ਜਾਂਚ ਕਰਕੇ ਠੋਕਵੀਂ ਕਾਰਵਾਈ ਕਰਨਗੇ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ੱਕਰਗੜ੍ਹ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 485ਵੇਂ ਜੋਤੀ ਜੋਤ ਦਿਹਾੜੇ ਦੇ ਸਮਾਗਮ ਮਨਾਏ ਜਾ ਰਹੇ ਨੇ ਕੱਲ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਪਾਕਿਸਤਾਨ ਦੀ ਸਿੱਖ ਸੰਗਤ ਨੇ ਸਰਹੱਦ ਦੇ 0.0 ਤੇ ਅਰਦਾਸ ਕੀਤੀ ਅੱਜ ਜੋਤੀ ਜੋਤ ਸਮਾਗਮਾਂ ਦਾ ਆਖਰੀ ਦਿਨ ਹੈ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਵੀ ਸਿੱਖ ਸੰਗਤ ਪਹੁੰਚੀ ਹੈ ਤੇ ਭਾਰਤ ਤੋਂ ਵੀ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਦੇ ਲਾਂਗੇ ਰਾਹੀ ਸੰਗਤ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈ ਰਹੀ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਾਹਰ ਭਾਈ ਅਜੀਤਾ ਜੀ ਬਾਜ਼ਾਰ ਦੇ ਵਿੱਚ ਕੱਲ ਪੀਐਮਯੂ ਯਾਨੀ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਵੱਲੋਂ ਭਾਈ ਮਰਦਾਨਾ ਦਾ ਬੁੱਤ ਸਥਾਪਿਤ ਕੀਤਾ ਗਿਆ ਫਾਈਬਰ ਗਲਾਸ ਤੇ ਕਾਂਸੀ ਨਾਲ ਬਣਾਇਆ ਇਹ ਬੁੱਤ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫਕੀਰ ਅਜੀਜ਼ਉਦਿਨ ਦੇ ਵੰਸ਼ਜ਼ ਫਕੀਰ ਸੈਫੁਦੀਨ ਦੀ ਦੇਖਰੇਖ ਦੇ ਵਿੱਚ ਲਾਹੌਰ ਦੇ ਪਾਟੀ ਦਰਵਾਜੇ ਦੇ ਅੰਦਰ ਫਕੀਰਖਾਨਾ ਮਿਊਜ਼ੀਅਮ ਵਿਖੇ ماہر ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਹੈ ਮੋਗਾ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਜ਼ਬਤ ਕੀਤੀ ਨਕਲੀ ਡੀਪੀ ਖਾਦ ਦਾ ਨਮੂਨਾ ਫੇਲ ਹੋ ਗਿਆ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਰਿਆਣਾ ਦੇ ਗੁਰੂਗ੍ਰਾਮ ਦੀ ਨਾਮੀ ਕੰਪਨੀ ਦੇ ਬ੍ਰਾਂਡ ਵਾਲੇ ਥੈਲਿਆਂ ਦੇ ਵਿੱਚ ਜ਼ਬਤ ਕੀਤੀ ਨਕਲੀ ਡੀਪੀ ਖਾਦ ਦੇ ਨਮੂਨੇ ਦਾ ਨਤੀਜਾ 0% ਦਾਇਆ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਡੀਪੀ ਖਾਦ ਵਿੱਚ ਨਾਈਟ੍ਰੋਜਨ ਤੱਤ 18% ਤੇ ਫਾਸਫੋਰਸ 46% ਹੁੰਦਾ ਜਦਕਿ ਜ਼ਬਤ ਕੀਤੀ ਖਾਦ ਦੇ ਨਮੂਨਿਆਂ 'ਚ ਦੋਵੇਂ ਮਿਲੇ ਹੀ ਨਹੀਂ ਬਦਨੀ ਕਲਾ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੇ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ ਮੁਲਜ਼ਮ ਵਿਕਾਸ ਨੇ ਮੰਨਿਆ ਕਿ ਸੰਗਰੂਰ ਦੀ ਫੈਕਟਰੀ ਵੱਲੋਂ ਇਹ ਖਾਦ ਕਥਿਤ ਤੌਰ 'ਤੇ 400 ਰੁਪਏ ਪ੍ਰਤੀ ਗੱਟਾ ਵੇਚੀ ਜਾਂਦੀ ਹੈ ਇਸ ਤੋਂ ਬਾਅਦ ਇਸ ਖਾਦ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੀ ਨਾਮੀ ਕੰਪਨੀ ਦੇ ਬ੍ਰਾਂਡ ਵਾਲੀ ਥੈਲਿਆਂ 'ਚ ਤਬਦੀਲ ਕਰਕੇ ਵੇਚਿਆ ਜਾਂਦਾ ਹੈ ਇਸ ਤਰ੍ਹਾਂ ਨਕਲੀ ਡੀਪੀ ਖਾਦ ਅੱਗੇ ਮੁਲਜ਼ਮ ਜਸਵਿੰਦਰ ਸਿੰਘ ਤੇ ਹੋਰਾਂ ਨੂੰ 900 ਰੁਪਏ ਪ੍ਰਤੀ ਥੈਲਾ ਵੇਚਦਾ ਹੈ ਫਿਰ ਕਿਸਾਨਾਂ ਨੂੰ 1350 ਰੁਪਏ ਪ੍ਰਤੀ ਗੱਟੇ ਦੇ ਹਿਸਾਬ ਨਾਲ ਇਹ ਨਕਲੀ ਖਾਦ ਵੇਚੀ ਕਿਸਾਨਾਂ ਨਾਲ ਹੋ ਰਹੇ ਧੋਖੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਲਾ ਦਿੱਤਾ ਤੇ ਮੰਗ ਕੀਤੀ ਕਿ ਸੂਬੇ ਦੇ ਵਿੱਚ ਡੀਏਪੀ ਖਾਦੀ ਆੜ ਵਿੱਚ ਵੇਚੀ ਜਾ ਰਹੀ ਗੋਹੇ ਦੀ ਖਾਦ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਕੱਲ ਲੁਧਿਆਣਾ ਦੇ ਵਿੱਚ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਿਸ ਵਿੱਚ 51 ਮੈਂਬਰੀ ਐਗਜ਼ੀਕਿਟਿਵ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ 26 ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ ਇਹਨਾਂ ਨੂੰ ਜਥੇਬੰਦੀ ਦਾ ਕੰਮਕਾਜ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਫੈਡਰੇਸ਼ਨ ਦੇ ਪ੍ਰਧਾਨ ਮੇਜਰ ਸਿੰਘ ਖਾਲਸਾ ਨੇ ਦੱਸਿਆ ਕਿ ਭਾਈ ਪਰਮਜੀਤ ਸਿੰਘ ਖਾਲਸਾ ਦੇ ਅਕਾਲ ਚਲਾਣੇ ਤੋਂ ਬਾਅਦ ਮੁਰਤੋਂ ਜਥੇਬੰਦਕ ਢਾਂਚਾ ਐਲਾਨਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਹੜਤਾਲ ਲਗਾਤਾਰ ਚੱਲ ਰਹੀ ਹੈ ਅੱਜ ਹੜਤਾਲ ਨੂੰ 22ਵਾਂ ਦਿਨ ਹੈ ਕੱਲ ਇਹਨਾਂ ਅਧਿਆਪਕਾਂ ਨੇ ਸਰਕਾਰ ਨੂੰ ਜਗਾਉਣ ਦੇ ਲਈ ਸ਼ਹਿਰ ਦੇ ਵਿੱਚ ਜਾਗੋ ਕੱਢੀ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦਾ ਛੱਜ ਤੋੜ ਕੇ ਪ੍ਰਦਰਸ਼ਨ ਕੀਤਾ ਕਾਂਗਰਸ ਦੇ ਸੀਨੀਅਰ ਲੀਡਰ ਤੇ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰੀ ਫੇਰ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਖੇਰਾ ਵੱਲੋਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿਲ ਦਾ ਸਮਰਥਨ ਕਰਨ ਤਾਂ ਜੋ ਐਚਪੀ ਲੈਂਡ ਰਿਫਾਰਮਸ ਐਂਡ ਟੈਨੈਂਸੀ ਐਕਟ ਨੂੰ 72 ਵਾਂਗੂ ਸ਼ਰਤਾਂ ਪੂਰੀਆਂ ਕੀਤੇ ਬਿਨਾ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਮਾਲਕ ਬਣਨ ਅਤੇ ਸਰਕਾਰੀ ਨੌਕਰੀਆਂ ਲੈਣ ਤੋਂ ਰੋਕਿਆ ਜਾ ਸਕੇ ਖੇਰਾ ਲਗਾਤਾਰ ਇਹ ਆਵਾਜ਼ ਚੁੱਕ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਕਿੰਨੇ ਕੁ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਖੇਰਾ ਦੀ ਇਸ ਮੰਗ ਨਾਲ ਸਹਿਮਤ ਹੁੰਦੇ ਹੋਏ ਉਹਨਾਂ ਨੂੰ ਸਮਰਥਨ ਦਿੰਦੇ ਨੇ ਪਾਇਲ ਕਸਬੇ ਦੇ ਪਿੰਡ ਜਰਗੜੀ ਲਸਾੜਾ ਸਾਈਫਨ ਦੇ ਕੋਲ ਘੁੰਮਦੇ ਤਿੰਦੂਏ ਦੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੋਂ ਬਾਅਦ ਲੋਕ ਸਹਮੇ ਪਏ ਨੇ ਜਦਕਿ ਜੰਗਲਾਤ ਵਿਭਾਗ ਇਸ ਜਾਨਵਰ ਨੂੰ ਜੰਗਲੀ ਬਿੱਲਾ ਦੱਸ ਰਿਹਾ ਹੈ ਜਦਕਿ ਦੂਸਰੇ ਪਾਸੇ ਪਿੰਡ ਵਾਸੀ ਖੇਤਾਂ ਅਤੇ ਮੋਟਰਾਂ ਤੇ ਵੀ ਜਾਣ ਤੋਂ ਡਰ ਰਹੇ ਨੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਤਿੰਦੂਆ ਮੋਰ ਸੂਰ ਤੇ ਹੋਰ ਜਾਨਵਰਾਂ ਨੂੰ ਮਾਰ ਕੇ ਖਾ ਰਿਹਾ ਹੈ ਸਾਈਫਨ ਦੇ ਵਿੱਚੋਂ ਪੱਠੇ ਲਿਉਣ ਵਾਲੀਆਂ ਔਰਤਾਂ ਵੀ ਤਿੰਦੂਏ ਦੇ ਡਰੋਂ ਬਾਹਰ ਨਹੀਂ ਨਿਕਲ ਰਹੀਆਂ ਜੰਗਲਾਤ ਵਿਭਾਗ ਹੁਣ ਕਦੋਂ ਤੱਕ ਇਸ ਬਾਰੇ ਕੋਈ ਖਬਰ ਦੇਊਗਾ ਲੋਕ ਉਡੀਕ ਰਹੇ ਨੇ ਪੰਜਾਬ ਦੇ ਵਿੱਚ ਪਸ਼ੂਆਂ ਦੇ ਮਾਹਿਰ ਡਾਕਟਰਾਂ ਦੀ ਕੋਈ ਪੁੱਛਗਿੱਛ ਹੀ ਨਹੀਂ ਹੈ ਇਸ ਕਰਕੇ ਵੱਡੀ ਗਿਣਤੀ ਵਿੱਚ ਵੈਟਰਨਰੀ ਡਾਕਟਰ ਵਿਦੇਸ਼ ਜਾ ਕੇ ਵਸ ਗਏ ਨੇ ਪੰਜਾਬ ਰਾਜ ਵੈਟਰਨਰੀ ਕਾਉਂਸਲ ਦੇ ਮੈਂਬਰ ਡਾਕਟਰ ਗੁਰਿੰਦਰ ਸਿੰਘ ਵਾਲੀਆ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡਾ ਕਾਰਨ ਪਿਛਲੀ ਕਾਂਗਰਸ ਸਰਕਾਰ ਦੇ ਆਖਰੀ ਸਮੇਂ ਦੌਰਾਨ ਨਵੇਂ ਭਰਤੀ ਹੋਏ ਵੈਟਰਨਰੀ ਅਫਸਰਾਂ ਦਾ ਮੁੱਢਲਾ ਤਨਖਾਹ ਸਕੇਲ 56100 ਤੋਂ ਘਟਾ ਕੇ 47600 ਰੁਪਏ ਕਰਨਾ ਤੇ ਡੀਏਸੀਪੀ ਯਾਨੀ ਕਿ ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਸਕੀਮ ਅਧੀਨ ਤਰੱਕੀ ਸਕੀਲ ਬਹਾਲ ਕਰਨ ਬਾਰੇ ਹਾਲੇ ਤੱਕ ਕੋਈ ਵੀ ਕਦਮ ਨਾ ਚੁੱਕਣਾ ਹੈ ਇਸੇ ਕਰਕੇ ਕਹਿੰਦੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਤਣਾਤ ਵੱਡੀ ਗਿਣਤੀ ਬਟਰਨਰੀ ਅਫਸਰ ਨੌਕਰੀਆਂ ਛੱਡ ਕੇ ਵਿਦੇਸ਼ਾਂ ਦੀ ਉਡਾਰੀ ਮਾਰ ਚੁੱਕੇ ਨੇ ਬਾਕੀਆਂ ਨੇ ਵੀ ਆਪਣਾ ਰੁੱਖ ਬਾਹਰਲੇ ਮੁਲਕਾਂ ਵੱਲ ਹੀ ਕੀਤਾ ਹੋਇਆ ਹੈ